ਜਾਣਾ ਜਾਂਦਾ ਪੰਜਾਬ ਚੈਨਲ ਦੇਖਣਾ ਸਭ ਦੋਸਤਾਂ ਨੂੰ ਅਸਲਾਮ ਅਲੈਕੁਮ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੱਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਉਹਦਾ ਮੈਸੇਜ ਮਿਲ ਜਾਵੇ। ਅੱਜ ਕੱਲ੍ਹ ਸਰਦੀਆਂ ਦਾ ਮੌਸਮ ਹੈ, ਮੱਛੀ ਦਾ ਸੀਜ਼ਨ ਹੈ, ਅੱਜ ਕੱਲ੍ਹ ਸ਼ਹਿਰ 'ਚ ਬੜੀ ਮੱਛੀ ਵਿਕ ਰਹੀ ਹੈ। ਸਰਦੀਆਂ ਦੇ ਨਾਲ ਹੀ ਮੱਛੀ ਆ ਜਾਣੀ ਸ਼ੁਰੂ ਹੋ ਜਾਂਦੀ ਹੈ। ਇਹ ਸਾਹਮਣੇ ਤੁਸੀਂ ਵੇਖ ਰਹੇ ਹੋ ਮੱਛੀ ਬਾਜ਼ਾਰ ਜਲਾਲਪੁਰ ਜੱਟਾਂ ਦਾ, ਇਹ ਸਾਹਮਣੇ ਮੱਛੀ ਦੀਆਂ ਕਾਫੀ ਸਾਰੀਆਂ ਦੁਕਾਨਾਂ ਨੇ, ਰੇਹੜੀਆਂ ਲੱਗੀਆਂ ਨੇ। ਇਸ ਸਾਹਮਣੇ ਤੁਸੀਂ ਮੱਛੀ ਦੀਆਂ ਰੇਹੜੀਆਂ ਵੇਖ ਰਹੇ ਹੋ ਲੱਗੀਆਂ ਨੇ, ਮੁਤਲੀ ਕਿਸਮ ਦੀ ਮੱਛੀ ਆਈ ਹੈ। ਸਾਹਮਣੇ ਅਸੀਂ ਵੇਖ ਰਹੇ ਹੋ ਮੱਛੀ ਲੱਗੀ, ਮੁਤਲੀ ਕਿਸਮ ਦੀ ਮੱਛੀ। ਅੱਜ ਕੱਲ੍ਹ ਮੌਸਮ ਹੈ ਸਰਦੀ ਦਾ, ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੱਲੀ ਦੇ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਇੱਕ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਉਹਦਾ ਮੈਸੇਜ ਮਿਲ ਜਾਵੇ। ਅੱਜ ਤੁਹਾਨੂੰ ਜਲਾਲਪੁਰ ਜੱਟਾਂ ਮੱਛੀ ਮਾਰਕੀਟ ਵਿਖਾਈ ਹੈ। ਮੌਸਮ ਹੈ ਇੱਕ ਗੱਲ ਮੱਛੀਆਂ ਦਾ, ਵੇਖ ਰਹੇ ਹੋ ਤੁਸੀਂ ਮੌਸਮ ਕਿਸਮ ਦੀ ਮੱਛੀ ਜੀ। ਜ਼ਿਆਦਾਤਰ ਫਾਰਮੀ ਮੱਛੀ ਆ ਰਹੀ ਹੈ, ਦਰਿਆ ਦੀ ਘੱਟ ਹੀ ਆਉਂਦੀ ਹੈ। ਜ਼ਿਆਦਾਤਰ ਫਾਰਮਾਂ 'ਤੇ ਤਿਆਰ ਹੋ ਕੇ ਆ ਰਹੀ ਹੈ ਮੱਛੀ, ਅੱਜ ਕੱਲ੍ਹ ਦਰਿਆ ਦੀ ਬੜੀ ਘੱਟ ਮੱਛੀ ਆਉਂਦੀ ਹੈ। ਜ਼ਿਆਦਾਤਰ ਚੇਂਜਾ, ਸੋਲ, ਮੱਲੀ, ਕਾਲਾ ਰੋ ਅਤੇ ਛਿੜਾ, ਇਹ ਸਾਰੀਆਂ ਮੱਛੀਆਂ ਕਿਸਮਾਂ ਜਿਹੜੀਆਂ ਅੱਜ ਕੱਲ੍ਹ ਬਾਜ਼ਾਰ 'ਚ ਆ ਰਹੀਆਂ ਹਨ। ਮੁਖਤਲਿਫ ਕਿਸਮ ਦੀ ਮੱਛੀ ਹੈ ਜੀ, ਚੇਂਜਾ, ਸੋਲ, ਮੱਲੀ, ਰੋ, ਚਿੜਾ, ਇਹ ਮੁਖਤਲਿਫ ਨਾਂ ਨੇ ਮੱਛੀਆਂ ਦੇ, ਕੀਮਤ ਵੀ ਉਸੇ ਹਿਸਾਬ ਨਾਲ ਹੈ। ਸਾਹਮਣੇ ਤੁਸੀਂ ਚੇਂਜਾ ਵੇਖ ਰਹੇ ਹੋ, ਮੱਛੀ ਤਿਆਰ ਹੋ ਰਹੀ ਹੈ ਜੀ। ਮੱਛੀ ਤਿਆਰ ਹੋ ਰਹੀ ਹੈ, ਸਾਹਮਣੇ ਤੁਸੀਂ ਵੇਖ ਰਹੇ ਹੋ ਸਫਾਈ ਹੋ ਰਹੀ ਹੈ ਜੀ। ਵੀ ਦੁਕਾਨ ਹੈ ਜੀ, ਰੇਹੜੀ ਲੱਗੀ ਹੈ ਮੱਛੀ ਦੀ। ਕਈ ਕਿਸਮ ਦੀ ਮੱਛੀ ਲੱਗੀ ਹੈ,